ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬੁਟੀਕ ਐਂਡ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਅੱਜ ਮੇਰੀ ਫਰੈਂਡ ਨੇ ਆਉਣਾ ਸੀਗਾ, ਹੈ ਨਾ, ਫਰੈਂਡ ਆਈ ਹੈ ਹੁਣ ਮੇਰੀ ਪਟਿਆਲੇ ਤੋਂ। ਅੱਗੇ ਤੁਸੀਂ ਕਾਫੀ ਬਲੌਗਾਂ ਦੇ ਵਿੱਚ ਉਹਨਾਂ ਨੂੰ ਮਿਲ ਚੁੱਕੇ ਹੋ, ਹੈ ਨਾ, ਅਤੇ ਸਵੇਰ ਦੇ ਉਡੀਕਦੇ ਸੀਗੇ, ਆਉਂਦੇ ਆਉਂਦੇ ਉਹਨਾਂ ਨੂੰ ਕਵੇਲਾ ਹੀ ਹੋ ਗਿਆ। ਕਾਫੀ ਜਗ੍ਹਾ 'ਤੇ ਰੁਕ ਕੇ ਆਏ ਆ ਅਤੇ ਹੁਣ ਆਏ ਆ ਸਾਡੇ ਕੋਲ, ਕਿਉਂਕਿ ਅੱਜ ਵੀਰ ਜੀ ਨੂੰ ਵੀ ਛੁੱਟੀ ਸੀਗੀ, ਬੱਚਿਆਂ ਦੇ ਪੇਪਰ ਹੋ ਕੇ ਹਟੇ ਆ। ਹੁਣ ਇਸ ਤੋਂ ਬਾਅਦ ਇਹ ਜਾਣਗੇ ਸੰਗਰੂਰ, ਜਾਣੀ ਕਿ ਹੈ ਨਾ ਪੇਕੇ ਆਪਣੇ, ਅਤੇ ਕਿਉਂਕਿ ਚਲੋ ਨਾਲੇ ਬੱਚੇ ਮਿਲ ਜਾਣਗੇ, ਨਾਲੇ ਆਂਟੀ ਜੀ ਥੋੜ੍ਹੇ ਜਿਹੇ ਬਿਮਾਰ ਹੋ ਕੇ ਹਟੇ ਨੇ, ਉਹਨਾਂ ਦਾ ਪਤਾ ਲੈ ਜਾਣਗੇ। ਇਹ ਕੱਲੀ ਸ਼ਰਟ ਵਾਸਤੇ ਹੈ, ਇਹਦੀ ਮੈਂ ਅੱਜ ਹੀ ਕੱਟ ਕੇ ਦਿੱਤੀ ਸ਼ਰਟ। ਨਹੀਂ ਨਹੀਂ ਇਹ ਬੜੇ ਪਣੇ ਦਾ ਹੈ, ਇਹਦਾ ਡਬਲ ਕਰਕੇ ਇਹਨੇ ਤਾਂ ਹੁਣ ਸਾਰ ਨੁਕਸਾਨ ਵੀ ਕਰਤਾ। ਕਿਹੜੇ ਨੇ ਨੁਕਸਾਨ ਕਰਿਆ ਸੀ? ਚਲੋ ਚਲੋ ਦੱਸੋ, ਬੋਲੋ ਕੁਛ। ਕਾਚ ਕਾ ਗਲਾਸ ਕਿਸਨੇ ਤੋੜਾ ਹੈ? ਤੂੰ ਤੋੜਿਆ? ਇਹਦਾ ਕੁਰਸੀ ਕਰਸੀ ਅਸੀਂ ਜਿੱਦੇ ਦੇ ਆਏ ਹਾਂ ਚੱਕੀ ਨਹੀਂ, ਇਹਦਾ ਉਹ ਉੱਥੇ ਲਈ ਫਿਰਨ। ਮੈਂ ਦੱਸਦੀ ਹਾਂ, ਤੁਸੀਂ ਦੇਖ ਸਕਦੇ ਹੋ ਇਸ ਸੂਟ ਤੇ ਨਿੱਕੀ ਨਿੱਕੀ ਬੂਟੀਆਂ ਦਾ ਪ੍ਰਿੰਟ ਬਾਈ, ਮੇਰੇ ਤੋਂ ਸੋਹਣਾ ਲੱਗ ਰਿਹਾ। ਫੇਰ ਵਾਲਾ ਸੂਟ ਦੇਖ, ਸੋਹਣਾ ਸੂਟ ਹੈ, ਸੋਹਣਾ ਤਾਂ ਬਸ ਇਹ ਵੀ ਹੈ। ਫਿਰ ਨਾਨੀ ਦੇ ਘਰ ਜਾਵੋਗੇ? ਫਿਰ ਉਹਨਾਂ ਨੇ ਸਵੇਰ ਦੇ ਉੱਠੇ ਕੀ ਕਰਦੇ ਸੀ? ਲੜਾਈ ਉਹ ਗੂਗਲ ਤੇ ਚੱਲਦਾ ਜਰਾ। ਹਾਂ ਦਿਖਾਈ ਕੀ ਠੀਕ ਹੈ। ਚਲੋ ਮੈਂ ਛੱਡ ਕੇ ਆਉਣੀ ਆ, ਬਾਏ। ਅੱਧੀ ਰਾਤ ਨੂੰ ਆਏ ਨੇ ਦੇਖ ਲਓ ਪ੍ਰਾਹੁਣੇ, ਸਵੇਰ ਦੇ ਉਡੀਕਦੇ ਆ। ਉਧਰ ਵੀਰ ਜੀ ਇੰਨੀ ਕਾਹਲੀ ਕਰੀ ਜਾਂਦੇ ਆ। ਫੋਟੋ
ਠੀਕ ਹੈ ਭਾਜੀ। ਆਪਣੇ ਵੱਲੋਂ ਰੱਖੋ ਹੁਣ ਕੋਈ ਆਪਣੇ ਬੁਟੀਕ ਤੇ ਬਹੁਤ ਜ਼ਿਆਦਾ ਕਸਟਮਰ ਸੀਗਾ ਤੇ ਜਵਾਕਾਂ ਦਾ ਜਾਣ ਨੂੰ ਜੀ ਨਹੀਂ ਕਰਦਾ ਭਾਣ ਜਾਣਾ ਮੇਰਾ ਤਾਂ ਇੰਨਾ ਜੀ ਲੱਗਿਆ ਹੈ ਓਏ ਸੀ ਕੱਟੇ ਮੁੰਡਾ ਬੰਦ ਕਰ ਸਵੇਰੇ ਆ ਕੇ ਕਰਿਓ ਬਾਹਲਾ ਲੇਟ ਹੋ ਗਏ ਬਾਹਲਾ ਕੱਪੜੇ ਲੈ ਕੇ ਗਈ ਹੈ ਇੱਕ ਤਾਂ ਹਨਾ ਮੇਰੀ ਸਹੇਲੀ ਫਰੈਂਡ ਕੱਪੜੇ ਲੈ ਕੇ ਗਈ ਹੈ ਕਾਫੀ ਕਹਿੰਦੇ ਚਲੋ ਕਿੱਦੇ ਨੇ ਕਹਿੰਦੇ ਸੀਗੇ ਤੇ ਅੱਜ ਮੈਂ ਦਿਖਾਵਾਂ ਆਪਾਂ ਨੂੰ ਜਿਹੜਾ ਹੈਗਾ ਓਪਨਿੰਗ ਤੇ ਹਨਾ ਜਿਵੇਂ ਆਇਆ ਨਹੀਂ ਗਿਆ ਸੀਗਾ ਉਸ ਤੋਂ ਕੋਈ ਮਜਬੂਰੀ ਸੀਗੀ ਹਨਾ ਇਹਨਾਂ ਦੇ ਮੰਮੀ ਸਾਡੇ ਆਂਟੀ ਜੀ ਬਿਮਾਰ ਸੀਗੇ ਐਡਮਿੰਟ ਸੀਗੇ ਤੇ ਇਹ ਮੇਰੇ ਵਾਸਤੇ ਕਿੱਟਾਂ ਲੈ ਕੇ ਆਈ ਹੈ ਫੇਸ਼ੀਅਲ ਦੀਆਂ ਕਿੱਟਾਂ ਬਹੁਤ ਹੀ ਵਧੀਆ ਕੋਸਟਲੀ ਵੀ ਹੈਗੀਆਂ ਨੇ ਅਤੇ ਬਹੁਤ ਵਧੀਆ ਵੀ ਹੈਗੀਆਂ ਨੇ ਇਹ ਆਮ ਤਾਂ ਇੱਥੋਂ ਧੂਰੀ 'ਚੋਂ ਤਾਂ ਮਿਲਦੀਆਂ ਨਹੀਂ ਹੈਗੀਆਂ ਮੈਂ ਪਤਾ ਵੀ ਕਰਿਆ ਸੀਗਾ ਬਹੁਤ ਵਧੀਆ ਨੇ ਇਹ ਮੇਰੇ ਵਾਸਤੇ ਉਹ ਜਿਹੜੇ ਹੈਗੇ ਚਲੋ ਦੁਕਾਨ ਵਾਸਤੇ ਲੈ ਕੇ ਗਏ ਹੈ ਨਾ ਸਮਾਨ ਇਹਦਾ ਵੀ ਮੈਨੂੰ ਲੱਗਦਾ 3500 ਹਾਂ ਇਹਦਾ ਪ੍ਰਿੰਟ ਰੇਟ 3500 ਹੈਗਾ ਫੇਸ਼ੀਅਲ ਕਿੱਟ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਫੇਸ਼ੀਅਲ ਕਿੱਟ ਹੈ ਜਿੱਦਾਂ ਆਪਾਂ ਬਰਾਈਡਲ ਹੈ ਨਾ ਫੇਸ਼ੀਅਲ ਕਿੱਟ ਕਹਿ ਦਈਏ ਫੇਸ ਬਹੁਤ ਜ਼ਿਆਦਾ ਵਧੀਆ ਕਰ ਦਿੰਦੀ ਹੈ ਜਿਵੇਂ ਕਿਸੇ ਦੇ ਰਿੰਕਲ ਵਗੈਰਾ ਹੈਗੇ ਆ ਹਨਾ ਜਾਂ ਸਕਿੰਨ ਲੂਜ ਹੈਗੀ ਉਹਦੇ ਵਾਸਤੇ ਜਵਾਕ ਸਾਰਾ ਕੁਛ ਪੱਟ ਕੇ ਕੈਂਚੀਆਂ ਇੱਕ ਦੂਜੇ ਕਿਨੇ ਆਏ ਐਂ ਕਰਨ
ਇੱਕ ਇਹ ਤਿੱਖੀ ਵੀ ਇੰਨੀ ਹੈ ਕੈਂਚੀ, ਮੈਂ ਕਿਤੇ ਉਹ ਨਾ ਕਰਦਾ। ਕੰਚ ਦੇ ਗਲਾਸ ਕਿਆ ਭੰਨੇ ਨੇ? ਕੰਚ ਦੇ ਗਲਾਸ ਭੰਨ ਗਏ ਉਹ ਤਾਂ ਬਸ। ਮੈਂ ਕਿਹਾ ਸੋਨੂੰ ਨੂੰ ਕਿਹਾ, ਮੈਂ ਹੋਰ ਨਾ ਮੇਰੇ ਕੋਲ ਆ ਕੇ ਉਹਨਾਂ ਨੂੰ ਐਂ ਹੋ ਜਾਂਦਾ ਵੀ ਮਾਸੀ ਸਾਡੇ ਮਾਰਨ ਤਾਂ ਦਿੰਦੀ ਨੀ, ਬਹੁਤ ਜ਼ਿਆਦਾ ਇੱਲਤ ਕਰਦੇ ਨੇ, ਫਿਰ ਤਾਂ ਨਹੀਂ ਤਾਂ ਡਰ ਜਾਂਦੇ ਨੇ। ਪਿਆਰ ਵੀ ਬਹੁਤ ਕਰਦੇ ਨੇ, ਬਹੁਤ ਪਿਆਰ ਕਰਦੇ ਨੇ। ਭੱਜ ਭੱਜ ਕੇ ਗਲਾਸ ਤੜਕ ਤੜਕ ਭੰਨ ਜਾਂਦੇ। ਮੈਂ ਉਹ ਮਨ ਚ ਕੇ ਵੀ ਇਹਨਾਂ ਨੇ ਕੁਛ ਨਾ ਕੁਛ ਤਾਂ ਜਿਵੇਂ ਮਹੂਰਤ ਦਕਾਨ ਤਾਂ ਕਰਕੇ ਜਾਣੇ ਜਾਂਦੇ ਵੀ ਭੱਜ ਭੱਜ ਪੈਰੀ ਹੱਥ ਲੱਗ ਗਏ ਨੇ। ਸਿਆਣੇ ਨੇ ਥੋੜੇ ਜਿਹੇ, ਮਤਲਬ ਕਿ ਜਵਾਕ ਨੇ, ਚਲੋ ਹਜੇ ਨਿਆਣੇ ਨੇ, ਨਿਆਣੇ ਨੇ। ਭੰਨ ਤੋੜ ਕੋਲਡ ਡਰਿੰਕ ਪੀ ਕੇ ਗਲਾਸ, ਮੇਰੀ ਗਲਤੀ ਹੈ, ਮੈਂ ਚੱਕੇ ਨਹੀਂ ਹੈਗੇ। ਇੱਕ ਨੇ ਤਾਂ ਉਰੇ ਭੰਨਤਾ, ਇੱਕ ਉੱਧਰ ਭੰਨਿਆ ਆ। ਅਤੇ ਕਿੰਨੀ ਕੁ ਰਾਖੀ ਰੱਖੀ ਅਸੀਂ ਦੋਵੇਂ ਜਾਣੇ ਗੱਲਾਂ 'ਚ ਲੱਗ ਜਾਂਦੇ, ਅਤੇ ਵੀਰ ਜੀ ਉੱਧਰ ਬੈਠੇ ਸੀਗੇ ਹੈ ਨਾ, ਕੁਲਵਿੰਦਰ ਅਤੇ ਵੀਰ ਜੀ ਗੱਲਾਂ ਬਾਤਾਂ ਕਰੀ ਗਏ ਕੁਛ ਨਾ ਕੁਛ। ਮੈਂ ਕਿਹਾ ਚਲੋ ਕੋਈ ਨਾ, ਹੁਣ ਮਾਰੀ ਨਾ ਇਹਨਾਂ ਦੇ, ਆਹ ਉਰੇ ਕੰਮ 'ਚ ਹੁੰਦੇ ਪਏ। ਮੋਟਾ ਮੋਟਾ ਤਾਂ ਮੈਂ ਗਲਾਸ ਚੱਕਤਾ, ਸਵੇਰੇ ਆ ਕੇ ਚੱਕੂੰਗੀ ਹੁਣ, ਕਿਉਂਕਿ ਅਸੀਂ ਲੇਟ ਹੋ ਰਹੇ ਹਾਂ। ਬਾਕੀ ਮੈਂ ਕੱਪੜੇ ਕੱਟਣ ਵਾਲੇ ਕੱਪੜੇ ਚੱਕ ਦੀ, ਅੱਜ ਬਹੁਤ ਜ਼ਿਆਦਾ ਸੂਟ ਸੇਲ ਹੋਏ। ਇਕੱਲੇ ਕੱਟਣ ਵਾਲੇ ਚੱਕ ਲਓ, ਆਹ ਨਾ ਛੇੜਿਓ ਸੂਟ ਦੂਜੇ ਨੇ ਜਿਹੜੇ ਦਿਖਾਏ ਸੀਗੇ। ਇਹ ਵੀ ਕਿਸੇ ਮੇਰੇ ਤੋਂ ਮੈਡਮ ਆ ਨਾ ਸੂਟ ਲੈਂਦੇ ਆ, ਉਹਨਾਂ ਨੇ ਦੋ ਸੂਟ ਸਪੈਸ਼ਲ ਕਢਵਾਏ ਆ, ਇਹ ਆਪਾਂ ਉਹਨਾਂ ਦੇ ਅਲੱਗ ਰੱਖ ਦਾਂਗੇ। ਪੈਚ ਵਰਕ ਵਾਲੇ ਸੂਟ ਸੀਗੇ ਇਹ ਸੂਟ ਜਿਹੜੇ ਪਏ ਆ, ਇਹ ਸਿਲਾਈ ਵਾਸਤੇ ਆਪਣੇ ਇੱਥੋਂ ਹੀ ਸੇਲ ਹੋਏ ਆ। ਇਹ ਸੂਟ ਆਪਾਂ ਨੇ ਸਿਲਾਈ ਵਾਸਤੇ ਹੁਣ ਮੈਂ ਘਰੇ ਲੈ ਜੂੰ ਚੱਕ ਕੇ, ਚਲੋ ਜਿੰਨਾ ਕੱਟਿਆ ਗਿਆ ਕੱਟਿਆ ਗਿਆ ਹੈ ਨਾ। ਅਤੇ ਬਾਕੀ ਮੈਂ ਹੁਣ ਉਹਦੇ ਵਾਸਤੇ ਜਿਹੜੇ ਕਮੀਜ਼ਾਂ ਵਾਲੇ ਨੇ ਉਹਨਾਂ ਨੂੰ ਜਲਦੀ ਬਣਾਇਆ, ਆਪਣੀ ਗੱਲ ਹੋ ਗਈ ਹੈ ਹੈ ਨਾ ਕਾਰੀਗਰਾਂ ਨਾਲ, ਅਤੇ ਬਹੁਤ ਜ਼ਿਆਦਾ ਸਿਲਾਈ ਹੁਣ ਇਕੱਠੀ ਹੋ ਗਈ। ਹੁਣ ਤੱਕ ਤਾਂ ਮੈਂ ਸਾਰਦੀ ਸੀਗੀ ਜਿਵੇਂ ਸਲਵਾਰਾਂ ਆਪਣੀਆਂ ਕਰ ਰਹੇ ਤੇ ਹੈ ਨਾ, ਅਤੇ ਜਿੱਦਾਂ ਤਰਪਾਈਆਂ ਵਗੈਰਾ ਪ੍ਰੈੱਸਾਂ ਸਾਰਾ ਕੰਮ ਹੋ ਰਿਹਾ ਸੀ। ਹੁਣ ਕਮੀਜ਼ਾਂ ਤਾਂ ਮੈਂ ਸਾਂਭੀ ਜਾਂਦੀ ਸੀ, ਹੁਣ ਕਮੀਜ਼ਾਂ ਦਾ ਵੀ ਮੈਨੂੰ ਮੇਰੇ ਤੋਂ ਉੱਪਰ ਜਾਂਦਾ, ਓਵਰ ਜਾਂਦਾ ਜੀ ਕੰਮ, ਕਿਉਂਕਿ ਇੱਧਰ ਹੀ ਕਸਟਮਰ ਬਹੁਤ ਜ਼ਿਆਦਾ ਹੁੰਦੇ, ਇੱਧਰ ਵੀ ਟਾਈਮ ਹੈ ਨਾ, ਸਾਰਾ ਕੱਪੜੇ ਦਿਖਾਉਣੇ, ਤਹਿਾਂ ਲਾਉਣੀਆਂ, ਗਾਹ ਪੈ ਜਾਂਦਾ। ਹੁਣ ਇਹ